ਮੈਂ ਦਿਨ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ ਸਤਗੁਰਾਂ ਨੇ ਆਪਣੀ ਰਚਨਾ ਚ ਨਾ ਜੀ ਚਿਤ੍ਰਨਾਟਕ ਚ ਆਪਣਾ ਜ਼ਿਕਰ ਕਰਦਿਆਂ ਕਰਦਿਆਂ ਆਪਣੇ ਮਾਪਿਆਂ ਦਾ ਜ਼ਿਕਰ ਕੀਤਾ ਤੇ ਵਿਆਹ ਤੋਂ 33 ਸਾਲ ਬਾਅਦ ਗੁਰਤੇਗ ਬਾ ਇਹ ਮੈਂ ਇਥੇ ਕਥਾ ਕਰਕੇ ਗਿਆ ਯਾਦ ਰੱਖਿਓ ਮੈਂ ਤੁਹਾਨੂੰ ਤਾਂ ਚੇਤੇ ਕਰਾਨਾ ਵੀ ਕਿਤੇ ਭੁੱਲਦਾ ਨਹੀਂ ਕਹ ਹਾਂਜੀ ਉਹ ਚੌਰ ਸਾਹਿਬ ਕਹਿੰਦੇ ਸਨ ਇੱਕ ਵਾਰੀ ਇੱਕ ਮੌਲਵੀ ਬੋਲ ਰਿਹਾ ਸੀ ਉਨੇ ਕੁਰਾਨ ਦੀ ਆਇਤ ਕਿਤੇ ਜਾਣਬੁੱਝ ਕੇ ਅੱਗੇ ਪਿੱਛੇ ਬੋਲ ਦਿੱਤੀ ਤੇ ਵਿੱਚ ਬੈਠੇ ਉਹਨੇ ਸਿਰ ਮਾਰਿਆ ਹੈ ਉਹਨੇ ਦੂਜੀ ਵਾਰੀ ਠੀਕ ਬੋਲੀ ਉਹਨੇ ਅੰਜ ਕਰ ਦਿੱਤਾ ਤੇ ਬਾ ਨਾਲ ਹੀ ਬੋਲ ਕੇ ਕਹਿੰਦਾ ਪਹਿਲਾਂ ਗਲਤ ਕਿਉਂ ਤੇ ਹੁਣ ਠੀਕ ਕਿਉਂ ਬੋਲੀ ਉਹ ਕਹਿੰਦਾ ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਸਭੀ ਮੇਜ ਬੋਲ ਰਿਆਂ ਕੋਈ ਸੁਣਦਾ ਵੀ ਹੈ ਕਿ ਨਹੀਂ ਮੈਂ ਇਹ ਬੇਨਤੀ ਇੱਥੇ ਕਰਕੇ ਗਿਆ ਜਿਹੜੇ ਸਿੰਘਾਂ ਨੂੰ ਪਤਾ ਹੈ 32 33 ਸਾਲ ਬਾਅਦ ਜੀ ਵਿਹ ਰਾਤੋਂ 33 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਦਾ ਆਗਮਨ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਵਰਗਾ ਸਿਰ ਵੀ ਇਕੱਲਾ ਹੀ ਹੈ ਜੀਓ ਜਿਹੜਾ ਅਸੀਂ ਪੜਨੇ ਆ ਨਾ ਇਹ ਵਹ ਪ੍ਰਗਟਿਓ ਮਰਦ ਗੰਬੜਾ ਵਿਰਿਆਮ ਇਕੇਲਾ ਇਕੱਲੇ ਦਾ ਅਰਥ ਬੜਾ ਡੂੰਗਾ ਜੇ ਇਕੱਲੇ ਦਾ ਅਰਥ ਨਾ ਪਹਿਲਾਂ ਨਾ ਖੁਣ ਨਾ ਅੱਗੇ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਹੋਣਾ ਇਸ ਸ੍ਰਿਸ਼ਟੀ ਤੇ ਸਿਰਫ ਇਕੱਲਾ ਗੁਰੂ ਗੋਬਿੰਦ ਸਿੰਘ ਹੈ ਉਹਨਾਂ ਇਕੱਲੇ ਦੇ ਅਰਥ ਬੜੇ ਡੂੰਘੇ ਆ ਜੀਏ ਇਕੱਲੇ ਦਰਤ ਇੱਕ ਵਚਨ ਚ ਨਹੀਂ ਕਰਨਾ ਇਕੱਲੇ ਦਰਤ ਤੇ ਸਿਰਫ ਗੁਰੂ ਗੋਬਿੰਦ ਸਿੰਘ ਜਿਸ ਵਰਗਾ ਹੋਰ ਕੋਈ ਨਹੀਂ ਜੇ ਸੱਚੀ ਲੋ ਕਿਵੇਂ ਆਏ ਜਦੋਂ ਕਹਾਣਾ ਅਬ ਮੈਂ ਆਪਣੀ ਕਥਾ ਬਖਾਨੂ ਤਪ ਸਾਧ ਜੇ ਬਿਦਮਯਾਨੂ ਖੇਮਕੁੰਡ ਪਹਾੜਤ ਹੈ ਜਹਾਂ ਸਬਦ ਸ੍ਰਿੰਗ ਸੋਭਿਤ ਹੈ ਤਹਾਂ ਸਬਦ ਸ੍ਰਿੰਗ ਤੇ ਨਾਮ ਕਹਾਵਾ ਪੰਡ ਰਾਜ ਜੈ ਜੋ ਕਮਾਵਾ ਤੈਮ ਅਦਿਕ ਤਪਸਿਆ ਸਾਧੀ ਮਹਾ ਕਾਲ ਕਾਲ ਕਾ ਅਰਾਦੀ ਇਹ ਵਿਦਕਰਤ ਤਪਸਿਆ ਭयो ਦ્વੈਤੇ ਇਕ ਰੂਪ ਹੋਏ ਗयो ਹੁਣ ਇਥੋਂ ਤੱਕ ਤਾਂ ਆਪਣੀ ਗੱਲ ਕਰ ਰਿਆ ਹੁਣ ਅਗਲੀ ਬੇਨਤੀ ਹੈ ਜੀ ਉਧਰ ਮੈਂ ਆਏ ਕੀਆ ਨਿਵਾਸ ਤਾਤ ਮਾਤ ਮੁਰ ਅਲਖ ਆਰਾਦਾ ਮੈਂ ਸਿਰਫ ਤੁਹਾਨੂੰ ਇੱਕ ਬੇਨਤੀ ਕਰਾਂਗਾ ਗੁਰੂ ਸਾਹਿਬ ਦੀ ਯੂਰੀ ਚ ਕਿ ਮੇਰੀਓ ਭੈਣੋ ਮਤਾਵੋ ਧੀਓ ਇੱਕ ਗੱਲ ਚੇਤੇ ਰੱਖੋ ਕੋਖ ਨੂੰ ਭਾਗ ਲੱਗੇ ਪੂਰਾ ਯੋਰ ਲਾ ਦਿਓ 9 ਮਹੀਨੇ 10 ਮਹੀਨੇ ਬੰਦਗੀ ਬੰਦਗੀ ਵਾਲਿਆਂ ਦੇ ਜੀਵਨ ਕੀਰਤਨ ਜਦੋਂ ਬੱਚਾ ਸਾਹ ਲੈਂਦਾ ਕਿਹੜੀ ਮਾਂ ਜਿਹਨੂੰ ਪਤਾ ਨਹੀਂ ਮੈਂ ਗੱਲਾਂ ਖੁੱਲ ਕੇ ਕਰਨੀਆਂ ਚਾਹਨਾ ਉਦੋਂ ਪਤਾ ਹੈ ਮਾਂ ਨੂੰ ਤੇ ਕਿੰਨਾ ਚੰਗਾ ਉਹਦੇ ਸਾਹਾਂ ਵਿੱਚ ਆਪਣੇ ਸਾਹ ਮਿਲਾ ਕੇ ਵਾਹਿਗੁਰੂ ਵਾਹਿਗੁਰੂ ਜਪੋ ਉਹਦੇ ਤੱਕ ਸਿਮਰਨ ਜਾਏਗਾ ਸੱਚੀ ਜੀ ਆ ਜੰਮ ਦੇ ਸੁੱਖ ਲਈ ਉਦਾਸੀ ਮਤਿਹਾਸ ਕਹਿੰਦਾ ਜੰਮ ਦਾ ਪੁੱਤਰ ਉਦਾਸ ਹੋ ਗਿਆ ਅਸ਼ਟਾਵਕਰ ਨੂੰ ਕੀ ਹੋਇਆ ਏਸੀ ਮਾਂ ਦੀ ਕੁੱਖ ਦੀ ਵੋਲ ਪਿਆ ਮੇਰੀ ਫਿਰ ਬੇਨਤੀ ਹੈ ਇੱਥੇ ਤਾਤ ਮਾਤ ਮੁਰ ਅਲਖ ਅਰਾਦਾ ਕੱਲੇ ਪਿਤਾ ਨਹੀਂ ਕਹਿੰਦੇ ਮੇਰੀ ਮਾਂ ਤੇ ਬਾਪ ਨੇ ਇੰਨੀ ਭਗਤੀ ਕੀਤੀ ਇੰਨੇ ਤੇਜ ਪ੍ਰਤਾਪ ਵਾਲਾ ਗੁਰੂ ਗੋਬਿੰਦ ਸਿੰਘ ਉਸ ਕੁੱਖ ਚ ਆ ਸਕਦਾ ਸੀ ਜਿਸ ਕੁੱਖ ਨੇ 33 ਸਾਲ ਬੰਦਗੀ ਕੀਤੀ ਤਾਤ ਮਾਤ ਮੁਰ ਅਲਖ ਅਰਾਦਾ ਬਹੁ ਵਿਦਯੋਗ ਸਾਧਨਾ ਕਰਦਾ ਤਿੰਨ ਜੋ ਕਰੀ ਅਲਕੀ ਸੇਵਾ ਤਾਂਤੇ ਪੈ ਪ੍ਰਸੰਨ ਗੁਰੂ ਇਹ ਫਿਰ ਤੂੰ ਕਾ ਸੁਣਿਓ ਤਿੰਜੋ ਕਰੀ ਇਹਦਾ ਮਤਲਬ ਮਾਪਿਆਂ ਦੀ ਬੰਦਗੀ ਕਿੰਨੀ ਮੇਰੀ ਮਾਂ ਬਾਪ ਦੀ ਬੰਦਗੀ ਸੁਣ ਵੇਖ ਕੇ ਤਿੰਜੋ ਕਰੀ ਅਲਾਕੀ ਸੇਵਾ ਤਾਂਤੇ ਪੈ ਪ੍ਰਸੰਨ ਗੁਰੂ ਦੇਵਾ ਤਿਨ ਪ੍ਰਭ ਜਬ ਆਇ ਸਮੋਈ ਦੀਆਂ ਤਬ ਹਮ ਜਨਮ ਕਲੂ ਮੈ ਲਿਖਾ ਇੱਥੇ ਮਹਾਰਾਜ ਯਾਦ ਰੱਖਿਓ ਇਹ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਰਿਹਾ ਜਿਹੜਾ ਸ਼ਬਦ ਚੱਲ ਰਿਹਾ ਉਹ ਗੁਰੂ ਗੋਬਿੰਦ ਸਿੰਘ ਦੇ ਦਾਦੇ ਦਾ ਚੱਲ ਰਿਹਾ ਗੁਰੂ ਹਰਗੋਬਿੰਦ ਸਾਹਿਬ ਦਾ ਦੋਨਾਂ ਦੇ ਬਾਪੂ ਸ਼ਹੀਦ ਹੋਏ ਜੀ ਦੋਨਾਂ ਦੇ ਨਾਮ ਗੋਬਿੰਦ ਗੁਰੂ ਅਰਜੁਨਦੇਵ ਸ਼ਹੀਦ ਹੋਦੇ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਆ ਘੋੜਿਆਂ ਤੇ ਚੜਦੇ ਆ ਕਲਗੀਆਂ ਲਾਉਂਦੇ ਆ ਵੰਗਾਰਦੇ ਆ ਹਕੂਮਤ ਨੂੰ ਚਾਰ ਜੰਗਾਂ ਲੜਦੇ ਆ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਹੁੰਦਾ 14 ਜੰਗਾਂ ਲੜਦਾ ਦਾਦਾ ਤੇ ਅੱਗੇ ਪਾ ਜੋ ਮੇਰੀ ਪੀਰੀ ਦੀ ਗੱਲ ਹੈ ਜੀ ਕਰਨੀ ਹੈ ਨਾ ਇਹ ਇਹ ਇੱਕ ਇੱਕ ਕੱਲੀ ਸਾਗੀ ਥੋੜਾ ਮੇਰੀ ਪੀਰੀ ਆ ਸ਼ਸਤਰ ਅੱਗੇ ਰੱਖੇ ਲੋਕੀ ਡਰਦੇ ਆ ਜੇ ਇਸ ਤਰ੍ਹਾਂ ਅੱਗੇ ਰੱਖਣ ਤੋਂ ਪਰ ਮੈਂ ਬਿੰਦੀ ਉਦਨ ਕਰਾਂਗਾ ਮਹਾਰਾਜ ਕਹਿੰਦੇ ਨੇ ਵੈਗੁਰੂ ਜੀ ਨੇ ਭੇਜ ਦਿੱਤਾ ਮੇਰੇ ਪੁੱਤਰ ਨੂੰ ਸਤਿਗੁਰ ਸੱਚੇ ਦੀਆ ਭੇਜ ਤੇ ਮੈਂ ਕੱਲ ਕਿਹਾ ਸੀ ਬਾਬਾ ਬੁੱਢਾ ਸਾਹਿਬ ਨੇ ਲੰਗਦਿਆਂ ਕਿਹਾ ਸੀ ਮਾਂ ਮੈਨੂੰ ਸਨਮਾਨ ਦੇ ਚੱਲਿਓ ਪਰ ਇਹ ਗੁਰੂ ਨਾਨਕ ਸਾਹਿਬ ਭੇਜਣ ਲੱਗਾ ਸਤਿਗੁਰ ਸੱਚੇ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ ਉਧਰੈ ਮਾਹੇ ਆਏ ਕਿਹਾ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਕੌਣ ਜੰਮਿਆ ਜੰਮਿਆ ਪੂਤ ਭਗਤ ਗੋਬਿੰਦ ਕਾ ਵੈਗੁਰੂ ਜੀ ਇਹਨੂੰ ਫਿਰ ਤਹਾਨੂੰ ਨਾਲ ਸੁਣਿਓ ਪ੍ਰਿਥੀ ਚੰਦ ਮਹਾਦੇਵ ਮੈਂ ਜ਼ਿਕਰ ਕੀਤਾ ਅਗੇ ਵੀ ਜਿਸ ਦਿਨ ਗੁਰੂ ਅਰਜੁਨ ਦੇਵ ਹੁੰਦੇ ਨੇ ਭਟ ਕਹਿੰਦੇ ਨੇ ਉਸ ਦਿਨ ਵੀ ਗੋਬਿੰਦਾ ਭਗਤ ਆਇਆ ਗੁਰ ਅਰਜਨ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਆ ਯਾਦ ਰੱਖਿਓ ਭਗਤ ਸ਼ਬਦ ਦਾ ਰੌਲਾ ਪਾਈ ਬੈਠਾ ਭਗਤ ਉਹ ਭਗਤ ਸ਼ਬਦ ਤੇ ਬੜਾ ਉੱਚਾ ਹੈ ਇਥੋਂ ਤੱਕ ਗੁਰੂ ਨਾਨਕ ਸਾਹਿਬ ਨੂੰ ਭਗਤ ਗਿਆ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਰੱਬ ਦਾ ਭਗਤ ਗੁਰੂ ਅਰਜੁਨ ਦੇ ਭਗਤ ਆਏ ਜਮਿਆਂ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਮੇ ਲਿਖਿਆ ਤੁਰਕਾ ਦਸੀ 바ਸੀ ਹੁਕਮ ਬਾਲਕ ਜਨਮ ਲਿਆ ਕਹਿੰਦੇ 10 ਮਹੀਨਿਆਂ ਬਾਅਦ ਪੁੱਤਰ ਦਾ ਜਨਮ ਹੋਇਆ ਇਹਦੇ ਵਿੱਚ ਸਤਿਗੁਰਾਂ ਨੇ ਕਿਹਾ ਗੁਰਬਾਣੀ ਸਖੀ ਗਾਂਦੀਆਂ ਪਈਆਂ ਨੇ ਵਦੀ ਵੇਲ ਬੋ ਪੀੜੀ ਚਾਲੀ ਦਾ ਜ਼ਿਕਰ ਕੀਤਾ ਅਖੀਰ ਤੇ ਕਿਹਾ ਗੁੱਜੀ ਛੰਨੀ ਨਾਹੀ ਬਾਤ ਗੁਰਨਾਨਕ ਟੁੱਠਾ ਕਿੰਨੀ ਦਾਤ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਸਾਨੂੰ ਪੁੱਤਰ ਦੀ ਦਾਤ ਦਿੱਤੀ ਪਰ ਇੱਥੇ ਮੇਰੀ ਇੱਕ ਬੇਨਤੀ ਹੈ ਇੱਥੇ ਹਰ ਗੋਬਿੰਦ ਨਹੀਂ ਲਿਖਿਆ ਜੰਮਿਆ ਪੁੱਤ ਭਗਤ ਗੋਬਿੰਦ ਕਾ ਗੁਰਬਿਲਾਸ ਕਹਿੰਦਾ ਹੈ ਫਿਰ ਮੇਰੀ ਬੇਨਤੀ ਹੈ ਉਦੋਂ ਉਦਾਹਰਨ ਦਿੱਤੀ ਜਿਸ ਵਕਤ ਬਾਬਾ ਬੁੱਢਾ ਸਾਹਿਬ ਨੇ ਗੰਡਾ ਭੰਨਿਆ ਉਸ ਵਕਤ ਕਿਹਾ ਸੀ ਪੁੱਤਰ ਆਵੇਗਾ ਉਹਦਾ ਨਾਮ ਹਰਗੁਬਿੰਦ ਹੋਵੇਗਾ ਉਹ ਜਿਹੜਾ ਇਤਿਹਾਸ ਕਹਿੰਦਾ ਹੈ ਘਰ ਪੁੱਤਰ ਦਾ ਜਨਮ ਹੋਇਆ ਧੰਨ ਗੁਰੂ ਅਰਜੁਨ ਦੇ ਇੰਨੇ ਪ੍ਰਸੰਨ ਹੋਏ ਉਹਨਾਂ ਨੇ ਪਤਾ ਕੀਤਾ ਮਾਨਵਤਾ ਦੇ ਭਲੇ ਵਾਸਤੇ ਇੱਕ ਖੂਲਵਾਇਆ ਜਿਹਦੇ ਵਿੱਚ 6 ਹਲਟਾਂ ਚੱਲਦੀਆਂ ਸਨ 6 ਹਲਟਾਂ ਨਾ ਹੈ ਤਾਂ 6 ਹਲਟਾਂ ਉਹ ਛੋਟਾ ਆਪਾਂ ਮਝੈਲਾ ਵਾਲੇ ਸ਼ਵਸ਼ਾਟ ਆ ਉਹ ਸ਼ਾਟਾ ਹੀ ਕਹਿੰਦੇ ਆ ਹਨਾ ਜੀ 6 ਹਲਟਾਂ ਵਾਲਾ ਖੂਲਵਾਇਆ ਆਪਣੇ ਪੁੱਤਰ ਦੇ ਆਗਮਨ ਦੀ ਖੁਸ਼ੀ ਵਿੱਚ ਉਹ ਸ਼ਾਟਾ ਸਾਹ ਬਣ ਗਿਆ ਇਧਰ ਮਾਤਾ ਗੰਗਾ ਜੀ ਅੱਤ ਦੇ ਪ੍ਰਸੰਨ ਨੇ ਬਾਬਾ ਬੁੱਢਾ ਸਾਹਿਬ ਵੀਰ ਨੇ ਉਹਨਾਂ ਨੂੰ ਸਨਿਆ ਭੇਜਿਆ ਗਿਆ ਮੈਂ ਉਸ ਦਿਨ ਬੇਨਤੀ ਕੀਤੀ ਸੀ ਕੱਲ ਜੀ 1595 ਨੂੰ ਗੁਰੂ ਅਰਜਨ ਸਾਹਿਬ ਦਾ ਜਨਮ ਹੋਇਆ ਹੈ ਬਾਬਾ ਬੁੱਢਾ ਸਾਹਿਬ ਜੀ ਉਸ ਵਕਤ 90 ਸਾਲ ਦੇ ਹੋ ਚੁੱਕੇ ਆ 99 90 90 ਸਾਲ ਕਹਿ ਲਈ ਹਾਂ ਜੀ 90 ਸਾਲ ਦੇ ਨੇ ਦਾਸ ਗਏ ਸੇਵਕ ਗਏ ਜਾ ਕੇ ਕਿਆ ਬਾਬਾ ਜੀ ਵਧਾਈ ਹੋਵੇ ਬੜੇ ਖੁਸ਼ ਹਾਂ ਅਜੋ ਕੀ ਜੀ ਕਹਿਣ ਲੱਗੇ ਗੁਰੂ ਅਰਜੁਨ ਦੇ ਮਾਤਾ ਗੰਗਾ ਜੀ ਦੇ ਘਰ ਸਾਹਿਬ ਜادہ ਜੀ ਆਏ ਨੇ ਆਪ ਜੀ ਨੂੰ ਯਾਦ ਕੀਤਾ ਹੈ ਤਨ ਬਾਬਾ ਬੁੱਢਾ ਸਾਹਿਬ ਜੀ ਵੀਰ ਤੋਂ ਚੱਲ ਪੈਂਦੇ ਆ ਅਤ ਦੇ ਪ੍ਰਸੰਨ ਜਦੋਂ ਪਹੁੰਚਦੇ ਆ ਇਤਿਹਾਸ ਕਹਿੰਦਾ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਖੱਥਾਂ ਚ ਮੈਂ ਤਾਂ ਵਾਰ-ਵਾਰ ਕਹਿੰਦੇ ਆ ਇਹੋ ਜਿਹਾ ਸਿੱਖ ਨਹੀਂ ਲੱਭਣਾ ਓਏ ਜਿਨਨੇ ਅਰਦਾਸ ਕੀਤੀ ਸਭ ਕੁਝ ਕੀਤਾ ਪਰ ਮੈਂ ਜਿਸ ਦਿਨ ਆਵਗੂ ਕੇ ਗੁਰੂ ਅਰਗਵਿੰਦ ਸਾਹਿਬ ਦੀ ਹਯਾਤੀ ਚ ਬੜੀਆਂ ਰੂਹਾਂ ਗਈਆਂ ਬਾਬਾ ਬੁੱਢਾ ਸਾਹਿਬ ਜੀ ਗਏ ਭਾਈ ਗੁਰਦਾਸ ਜੀ ਗਏ ਭਾਈ ਬਿਨੀ ਚੰਦ ਜੀ ਗਏ ਮਾਤਾ ਗੰਗਾ ਜੀ ਗਏ ਬਾਬਾ ਅਟਲ ਜੀ ਗਏ ਬਾਬਾ ਗੁਰਦਿੱਤਾ ਜੀ ਗਏ ਕਿੰਨੇ ਭਾਵਨਾਵਾਂ ਵਾਲੇ ਸਿੱਖ ਪਰਿਵਾਰ ਵਿੱਚੋਂ ਜੀ ਕਹ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਨੇਤਰ ਸੇਜਲ ਸਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥ ਚ ਲੈ ਲਿਆ ਵੇਖ ਕੇ ਬਾਬਾ ਜੀ ਨਾਮ ਹੁਣ ਇਹ ਗੱਲ ਚੇਤੇ ਰੱਖਿਓ ਜੇ ਗੁਰੂ ਗੰਨ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ ਕਿਤੇ ਇਹ ਨਾ ਉੱਠ ਕੇ ਕਹਦੇ ਜੀ ਉਹ ਤਾਂ ਮਹਾਰਾਜ ਤੋਂ ਨਹੀਂ ਹੁਕਮਨਾਮਾ ਲਿਆ ਅਜੇ ਸਰੂਪ ਨਹੀਂ ਤਿਆਰ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਚ ਪਕੜ ਕੇ ਮੱਥੇ ਤੇ ਹੱਥ ਲਾ ਕੇ ਕਿਹਾ ਮੇਰਾ ਹਰ ਗੁਪਿੰਦ ਨਾਮ ਰੱਖਿਓ ਨਹੀਂ ਨਾਮ ਰੱਖਿਆ ਗਿਆ ਧੰ ਗੁਰੂ ਹਰ ਗੁਪਿੰਦ ਸਾਹਿਬ ਸੰਗਤਾਂ ਵਧਾਈਆਂ ਦੇਣ ਆਉਣ ਲੱਗ ਪਈਆਂ ਚਾਰਚ ਫੇਰੇ ਖੁਸ਼ੀਆਂ ਸਨ ਪਰ ਗੁਰਬਾਣੀ ਗਾਈ ਜਾ ਰਹੀ ਸੀ ਗੁਰਮੁਖੋ ਕੀਰਤਨ ਹੋ ਰਿਹਾ ਸਨ ਉਸ ਵਕਤ ਬਾਬੇ ਪਿਰਥੀ ਚੰਦ ਨੂੰ ਪਤਾ ਲੱਗਾ ਕੁਝ ਕੰਨ ਨੇ ਵਧਾਈ ਦੇਣ ਨੂੰ ਕਿੱਥੇ ਆਉਣਾ ਸੀ ਜੀ ਉਹਦੀ ਘਰ ਵਾਲੀ ਨੇ ਅੱਜ ਫਿਰ ਕਿਹਾ ਮੈਂ ਤਾਂ ਕਹਿ ਰਿਆਂ ਕਿਉਂਕਿ ਇਹ ਗੁਰਬਾਣੀ ਇਸ ਗੱਲ ਦੀ ਗਵਾਹੀ ਦੇ ਰਹੀ ਉਹਨੇ ਕਿਹਾ ਤੇਰਾ ਇਹ ਵੀ ਬੋਲ ਝੂਠਾ ਨਿਕਲਿਆ ਘਾਰਾਜ ਕੀ ਬੋਲ ਝੂਠਾ ਨਿਕਲਿਆ ਤੁਸੀਂ ਮੈਨੂੰ ਕਿਹਾ ਸੀ ਜੇ ਮੈਂ ਸੇਵਾ ਨਹੀਂ ਕਰ ਸਕਿਆ ਮੇਰਾ ਪੁੱਤਰ ਮਿਹਰਬਾਨ ਗੀ ਗੁਰਿਆਈ ਦਾ مالک ਬਣੇਗਾ ਤੇਰੇ ਬੋਲ ਝੂਠੇ ਨਿਕਲੇ ਤੂੰ ਕਹਿੰਦਾ ਸੀ ਕਿ ਨਾ ਇਹਦੇ ਕਰ ਪੁੱਤਰ ਨਾ ਧੀ ਕੁਛੇ ਨਾ ਜਨਮ ਨਹੀਂ ਲੈਣਾ ਤੈਨੂੰ ਪਤਾ ਲੱਗਾ ਮੇਰੇ ਸ਼ਰੀਕਾਂ ਦੇ ਘਰ ਪੁੱਤਰ ਦਾ ਜਨਮ ਹੋ ਗਿਆ ਹੈ। ਸੰਗਤਾਂ ਖੁਸ਼ ਨੇ। ਪਿਰਥੀ ਚਦ ਕਹਿੰਦਾ ਤੂੰ ਕਭਰਾ ਨਾ। ਅਜੇ ਮੈਂ ਜਿਉਣਾ ਹਾਂ। ਜਨਮ ਲੈ ਲਿਆ ਤਾਂ ਕਿਹੜੀ ਗੱਲ ਮੈਂ ਮਾਰ ਦਿਆਂਗਾ। ਮੈਂ ਜਿਹੜੀ ਬੇਨਤੀ ਆਪ ਨੂੰ ਕਰਨੀ ਹੈ ਉਹਨੇ ਸਭ ਤੋਂ ਪਹਿਲਾਂ ਉਸ ਇਤਿਹਾਸ ਵਿੱਚ ਉਸ ਦਾਈ ਦਾ ਨਾਮ ਫੱਤੋ ਲਿਖਿਆ ਹੈ। ਉਹਨੇ ਅੰਮਰ ਸਰ ਦਾਈ ਸੀ ਜਿਹੜੀ ਗੁਰੂ ਹਰਗੁਬਿੰਦ ਮਾਤਾ ਜੀ ਕੋਲ ਵੀ ਜਾਂਦੀ ਸੀ ਉਸ ਨੂੰ ਉਸ ਦਾਈ ਨੂੰ ਖਰੀਦਿਆ ਆਪ ਜੀ ਨੂੰ ਪਤਾ ਹੋਣਾ ਪਹਿਲਾਂ ਦਾਈਆਂ ਦੁੱਧ ਚੰਗਾਨੀਆਂ ਹੁੰਦੀਆਂ ਸਨ ਪੁਰਾਣੇ ਸਮੇਂ 'ਚ ਉਹਨੇ ਫੱਤੋਂ ਨੂੰ ਖਰੀਦਿਆ ਪੈਸਿਆਂ 'ਚ ਉਹਦਾ ਸਬੰਧ ਵੀ ਚਲੋ ਗੁਰੂ ਘਰ ਜਾਂਦੀ ਹੋਵੇਗੀ ਸੇਵਾ ਕਰਦੀ ਹੋਣੀ ਸੇਵਾ ਤੇ ਕੀ ਕਰਾਂ ਚਲੋ ਕੰਮ ਕਰਦੀ ਹੋਵੇ ਕੁਝ ਪੈਸੇ ਮਿਲਦੇ ਹੋਣੇ ਤੇ ਕੁਝ ਇਤਿਹਾਸ ਕਰ ਕਹਿੰਦੇ ਨੇ ਗੁਰੂ ਅਰਗੁਬਿੰਦ ਸਾਹਿਬ ਬਚਪਨ ਵੇਲੇ ਪਹਿਲਾਂ ਦੁੱਧ ਨਹੀਂ ਪੀਤਾ ਕੋਈ ਸਮਾਂ ਕਿਛੇ ਕਿ ਆ ਵੀ ਕਿਸੇ ਦਾਈ ਨੂੰ ਪਰ ਆਪਾਂ ਤਾਂ ਇਤਿਹਾਸ ਦੇ ਨਾਲ ਨਾਲ ਬਾਣੀ ਚੋਂ ਉਸ ਵਕਤ ਪ੍ਰਥੀਏ ਨੇ ਕਾਇ ਇੱਕ ਕੰਮ ਕਰ ਕਿਸੇ 200 ਕਾ ਕੇ ਕਿਸੇ 500 ਕਾ ਦਾ ਮਤਲ ਉਹਨੇ ਸੈਂਕੜਿਆਂ ਚ ਰੁਪਈਏ ਦਿੱਤੇ ਕਹਿੰਦਾ ਕੰਮ ਕੀ ਪੁੱਛ ਦੀ ਕੰਮ ਕੀ ਕਹਿੰਦਾ ਆ ਜ਼ਹਿਰ ਲੈ ਜਾ ਅਰਜੁਨ ਦੇਵ ਸਤਿਗੁਰੂ ਜੀ ਦਾ ਵਹ ਹਵਾਲਾ ਕਰਕੇ ਚਲੋ ਆਪਾਂ ਤੇ ਸਤਿਗੁਰੂ ਕਹਣਾ ਉਹਦੇ ਕਰ ਹੋਇਆ ਬੱਚਾ ਤੂੰ ਇੱਕ ਕੰਮ ਕਰਨਾ ਆਪਣੇ ਸੀਨੇ ਤੇ ਆਪਣੇ ਅਸਥਨ ਤੇ ਇਸ ਦੁੱਧ ਨੂੰ ਲਾ ਦੇ ਜ਼ਹਿਰ ਨੂੰ ਲਾ ਦੇਣਾ ਉਸ ਬੱਚੇ ਨੂੰ ਸਿਰਫ ਕੁਝ ਸਮਾਂ ਹੀ ਮੈਂ ਕਹਿੰਨਾ ਮਿੰਟ ਸ਼ਬਦ ਤਾਂ ਬਹੁਤ ਵੱਡਾ ਸੀ ਜੀ ਸਿਰਫ ਇੱਕ ਵਾਰੀ ਉਹਦੀ ਜੀਬ ਨਾਲ ਜ਼ਹਿਰ ਲੱਗਣਾ ਚਾਹੀਦਾ ਹੈ ਉਹਦੀ ਮੌਤ ਹੋ ਗਈ ਜੋ ਤੂੰ ਕਹੇਂਗੀ ਮੈਂ ਤੇਰਾ ਘਰ ਭਰ ਦਿਆਂਗਾ ਜੋ ਤੂੰ ਕਹੇਗੀ ਇਹ ਫੱਟੋ ਗਈ ਜੀ ਦਾਈ ਉੱਥੇ ਜਾ ਕੇ ਨੇ ਅਸੀਸ ਦਿੱਤੀ ਮਾਤਾ ਜੀ ਨੂੰ ਵੈਗਰੂ ਇਹਨੇ ਜਾ ਕੇ ਵਧਾਈ ਦਿੱਤੀ ਕਿ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਇਹ ਜਨਮ ਤੋਂ ਬਾਅਦ ਦੀ ਘਟਨਾ ਹੈ ਉਸੇ ਵਕਤ ਖਡਾਵੀ ਸੀ ਦਾਈ ਸੀ ਜੀ ਭਰੋਸਾ ਸੀ ਉਹਨੂੰ ਪਕੜਾ ਦਿੱਤਾ ਉਹ ਵੱਖਰੀ ਲੈ ਗਈ ਛੋਟੇ ਨੇ ਬਾਲ ਹਰਗੋਬਿੰਦ ਸਾਹਿਬ ਜੀ ਉਸ ਵਕਤ ਉਹ ਆਪਣਾ ਦੁੱਧ ਚੰਗਾਲ ਲੱਗੀ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ মুখ ਨਹੀਂ ਖੋਲਦੇ ਬਾਲਕ ਹਰਗੋਬਿੰਦ ਮਹਲਾਜ ਵਰਤਾਂ ਸਤਗੁਰੂ ਨੇ ਨਾ ਸਾਡੇ ਤਾਂ মুখ ਨਹੀਂ ਖੋਲਦੇ ਜ਼ੋਰ ਲਾ ਰਹੀਏ ਇੰਨੀ ਦੇਰ ਨੂੰ ਰੋਣ ਲੱਗ ਪਏ ਮੁਖ ਨਹੀਂ ਖੋਲਿਆ ਦੁੱਧ ਨਹੀਂ ਪੀਤਾ ਮਾਤਾ ਗੰਗਾ ਜੀ ਹੁੰਦੇ ਨੇ ਕਿਉਂ ਰੋ ਰਿਹਾ ਖੈ ਇਹ ਕਹਿੰਦੇ ਮੈਂ ਦੁੱਧ ਪਿਆਣਾ ਚਾਹਨੀਏ ਦੁੱਧ ਪੀਂਦੀ ਨੇ ਰੱਬ ਦੀ ਖੇਡ ਐਸੀ ਵਾਪਰੀ ਉਹ ਜਿਹੜਾ ਲਾਇਆ ਹੋਇਆ ਜ਼ਹਿਰ ਸੀ ਉਹ ਜ਼ਹਿਰ ਇੰਨਾ ਤੇ ਸੀ ਉਹ ਸੁਰਾਖ ਰਹੀ ਉਹਦੀ ਬੋਡੀ ਵਿੱਚ ਚਲਾ ਗਿਆ ਖੈ ਤਾਂ ਸੁਰਾਖ ਸੀ ਜਿੱਥੋਂ ਦੁੱਧ ਨਿਕਲਣਾ ਨਾ ਇਹਨੂੰ ਸ਼ਲੀਲਤਾ ਚ ਨਾਲ ਜਾਇਓ ਹੱਥ ਜੋੜ ਕੇ ਬੇਨਤੀ ਕਰ ਉਸ ਜ਼ਹਿਰ ਨੇ ਇੰਨਾ ਅਸਰ ਕੀਤਾ ਗੁਰੂ ਅਰਗੁਨ ਸਾਹਿਬ ਨੂੰ ਤੇ ਮਾਤਾ ਗੰਗਾ ਜੀ ਨੇ ਪਕੜ ਲਿਆ ਚੁੱਕ ਲਿਆ ਇੱਕੋ ਦਮ ਉਹਦੇ ਚੱਕਰ ਆਇਆ ਜ਼ਮੀਨ ਤੇ ਡਿੱਗੀ ਤੜਫਨ ਲੱਗ ਪਈ ਮਾਤਾ ਜੀ ਨੇ ਪੁੱਛਿਆ ਹੋਇਆ ਕੀ ਉਹਨੇ ਮਰਦੀ ਨੇ ਇਸ਼ਾਰਾ ਕਰਕੇ ਕਿਆ ਮੈਂ ਪਾਪ ਕਰਕੇ ਚੱਲੀ ਹਾਂ ਮੈਨੂੰ ਪ੍ਰਿਥੀ ਚੰਦ ਨੇ ਜ਼ਹਿਰ ਦੇ ਕੇ ਭੇਜਿਆ ਸੀ ਮੈਂ ਜ਼ਹਿਰ ਲਾ ਕੇ ਬੱਚੇ ਨੂੰ ਖਤਮ ਕਰਨਾ ਚਾਹਦੀ ਸੀ ਬਾਲਕ ਨੂੰ ਖਤਮ ਕਰਨਾ ਚਾਹਦੀ ਸੀ ਇਹਨੇ ਤਾਂ ਦੁੱਧ ਪੀਤਾ ਨਹੀਂ ਪਰ ਇਸ ਜ਼ਹਿਰ ਨਾਲ ਮੇਰੀ ਮੌਤ ਹੋਣ ਲੱਗੀ